अस्सलाम वालेकुम जी। अज असी ना किसी मंडी से आए ना किसी डेरे से आए हैं। मैं रस्ते दे जा रहा सी, मैंने दो खूबसूरत एक वछेरी ते ओ घोड़ी नज़र आई है, सूमन वाली घोड़ी है ते नाल उनकी वछेरी है। पहले मैं देखी सी ये छोटी जी, मगर हुण ते काफ़ी माशाल्लाह जवान हुई हुई है, माँ भी सूमन वाली है ते नज़र पिछों आ रही ने तुहानू ऐ जिहड़ी ऐ साइड दे उत्ते हैगी ये वछेरी है ते जिहड़ी ऐ साइड ते ये इनकी माँ है ते ये माँ सूमन वाली क्रॉस हैगी है। तो ज़रा तुहानू विखा रहे हैं, ये वीडियो फॉर सेल नहीं है, सिर्फ इंटरटेनमेंट वास्ते है, तुहानू दिखाउण वास्ते है। माशाल्लाह मैनू खूबसूरत लगी है ते मैं कदरा मैं भी अपने दोस्तों जिहड़े हैगे ने उन्होंने दिखावां ताकि वो इहदे कोलों जिहड़ा हैगा ना खुश होवन वेख के। तो चलो ज़रा वीडियो तुहानू दिखा रहे हैं ते ए वेखो माशाल्लाह ए घोड़ी जिहड़ी है वो बहुत खूबसूरत घोड़ी है और एक गब्बन घोड़ी हैगी है। ए देखो खलो दा बस बस नहीं तो परे भज जाएगी। माशाल्लाह बहुत खूबसूरत हैगी जी। ए देखो ये पहले मैं अक्सर इतों लंघता हुंदा सी ते ये जिहड़ी घोड़ी है बस ये पठे पुठे इत्थे ही खांदी ते इत्थे ही जिहड़ा ना वो फिरदी रहिंदी है ते इहनू फिर वो लै जांदे ने रेहड़े दे विच लगी हुई है घोड़ी। ते ਇਹ ਜਿਹੜੀ ਵਛੇਰੀ ਹੈਗੀ ਹੈ ਇਹ ਵਛੇਰੀ ਇਹਦੀ ਵਛੇਰੀ ਹੈ। ਇਹ ਪਹਿਲੇ ਮੈਂ ਦੇਖਿਆ ਸੀ ਇਹ ਬਿਲਕੁਲ ਛੋਟੀ ਜਿਹੀ ਹੁੰਦੀ ਸੀ, ਇਹਦੇ ਨਾਲ ਆਪਦੀ ਮਾਂ ਦੇ ਨਾਲ ਇਹ ਦੌੜਦੀ ਹੁੰਦੀ ਸੀ, ਮਗਰ ਅੱਜ ਜਦੋਂ ਮੈਂ ਲੰਘਿਆ ਤੇ ਜਿਹੜਾ ਨਾ ਉਹ ਇਹ ਬਾਹਰ ਫਿਰਦੀਆਂ ਸੀ ਤੇ ਮੈਂ ਕਿਹਾ ਚਲੋ ਆਪਣੇ ਦੋਸਤਾਂ ਦੇ ਨਾਲ ਵੀਡੀਓ ਬਣਾਉਣਾ ਤੇ ਜ਼ਰਾ ਸ਼ੇਅਰ ਕਰਨਾ ਤੇ ਮਾਸ਼ਾਅੱਲਾ ਇਹਨੂੰ ਤੁਸੀਂ ਇੰਜੋਏ ਕਰੋ। ਹੱਥ ਪੈਰ ਮਾਸ਼ਾਅੱਲਾ ਖੂਬਸੂਰਤ ਹੈਗੇ ਨੇ ਔਰ ਪਿਓਰ ਦੇਸੀ ਇਹ ਨਸਲ ਹੈ ਜਨਾਬ ਤੇ ਪਿਓਰ ਦੇਸੀ ਅਤੇ ਘੋੜੀ ਗੱਬਣ ਹੈ। ਬਸ ਥੋੜ੍ਹੀ ਸਮਝ ਲਓ ਕਿ ਅਨਕਰੀਬ ਹੀ ਇਹ ਘੋੜੀ ਸੂ ਪਵੇਗੀ ਅਤੇ ਵਛੇਰੀ ਵੀ ਮਾਸ਼ਾਅੱਲਾ ਖੂਬਸੂਰਤ ਹੈ। ਇਹ ਦੇਖੋ ਇਹਦੇ ਵੀ ਹੱਥ ਪੈਰ ਵਛੇਰੀ ਦੇ ਮਾਸ਼ਾਅੱਲਾ ਬਹੁਤ ਖੂਬਸੂਰਤ ਵਛੇਰੀ ਹੈ ਅਤੇ ਸਾਫ਼ ਸੁਥਰੇ ਮਾਸ਼ਾਅੱਲਾ ਘਰ ਦੀਆਂ ਜਿਵੇਂ ਕਹਿੰਦੇ ਨਾ ਜੀ ਘਰ ਦੀ ਪਲੀ ਹੋਈ, ਇਹ ਘਰ ਦੀ ਪਲੀ ਹੋਈ ਹੈ। ਔਰ ਘੋੜੀ ਵੀ ਮਾਸ਼ਾਅੱਲਾ ਤੁਸੀਂ ਦੇਖੋ ਘਰ ਦੀ ਪਲੀ ਹੋਈ ਹੈ, ਖੁੱਲ੍ਹਾ ਖਾਂਦੀਆਂ ਪਈਆਂ ਨੇ, ਬਿਲਕੁਲ ਖੁੱਲ੍ਹਾ ਜਿਹੜਾ ਨਾ ਉਹ ਖਾ ਰਹੀਆਂ ਨੇ ਹਰ ਚੀਜ਼ ਘਾਹ ਘੂ ਜਿਹੜਾ ਹੈਗਾ। ਅਤੇ ਇਹ ਦੇਖੋ ਮਾਸ਼ਾਅੱਲਾ ਪਿੱਛੇ ਵੇਖੋ ਗੋਲ ਮਟੋਲ ਸਿਹਤਮੰਦ ਘੋੜੀ। ਅਤੇ ਜਨਾਬ ਇਨਸ਼ਾਅੱਲਾ ਉਮੀਦ ਕਰਨਾ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਅਤੇ ਇਸ ਤਰ੍ਹਾਂ ਹੀ ਸਾਡੇ ਚੈਨਲ ਨੂੰ ਜਨਾਬ ਤੁਸੀਂ ਜਿਹੜਾ ਉਹ ਹੌਸਲਾ ਅਫਜ਼ਾਈ ਦਿੰਦੇ ਰਹੋ, ਬਹੁਤ ਜ਼ਰੂਰੀ ਹੈ। ਅਤੇ ਸਾਡੇ ਜਿਹੜਾ ਚੈਨਲ ਹੈ ਨਵਾਦ ਬੱਕਰਾ ਮੰਡੀ ਰਿਵਿਊ ਉਹਨੂੰ ਵੀ ਜ਼ਰਾ ਸਬਸਕ੍ਰਾਈਬ ਕਰੋ, ਉਹਦੀ ਮੈਂ ਵੀਡੀਓ ਬਣਾ ਕੇ ਲਿਆਉਂਦੀ ਹੈ ਜਨਾਬ ਅਤੇ ਉਹਨੂੰ ਜ਼ਰਾ ਦੇਖੋ ਕੈਸੀ ਵੀਡੀਓ ਬਣਾਈ ਹੈ ਅਤੇ ਜ਼ਰੂਰ ਦੱਸਿਆ ਜੇ ਕਮੈਂਟ ਕਰਕੇ। ਅਤੇ ਇਨਸ਼ਾਅੱਲਾ ਤਾਲਾ ਮਜ਼ੀਦ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਬਣਾਉਂਦਾ ਰਹਾਂਗਾ। ਅਗਰ ਤੁਸੀਂ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਜਨਾਬ ਤੁਸੀਂ ਮੇਰਾ ਨੰਬਰ ਵਟਸਐਪ ਦਾ 0334451952 ਉਹ ਤੁਹਾਡੇ ਕੋਲ ਨੰਬਰ ਆ ਗਿਆ ਅਤੇ ਤੁਸੀਂ ਵੀ ਆਪਣਾ ਸ਼ੌਕ ਦਿਖਾਓ ਮੇਰੇ ਦੋਸਤਾਂ ਨੂੰ ਮੇਰੇ ਬੇਲੀਆਂ ਨੂੰ। ਅਤੇ ਜਨਾਬ ਦੁਆ ਗੋ ਹੈਗਾ ਆਪਣੇ ਦੋਸਤਾਂ ਵਾਸਤੇ, ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ ਜਿੱਥੇ ਵੀ ਜੇ, ਔਰ ਜਿਹੜੇ ਦੂਸਰੇ ਮੁਲਕਾਂ ਦੇ ਵਿੱਚ ਮੇਰੇ ਦੋਸਤ ਨੇ ਅੱਲਾਹ ਪਾਕ ਉਹਨਾਂ ਨੂੰ ਆਬਾਦ ਰੱਖੇ ਅਤੇ ਖੈਰੀ ਸਲਾਮਤੀ ਜਨਾਬ। ਈਦ ਕਰੋ ਤੁਸੀਂ ਆਪਣੇ ਬੱਚਿਆਂ ਦੇ ਵਿੱਚ ਆਪਣੇ ਘਰ, ਈਦ ਕਰੋ ਔਰ ਆਓ ਆਪਣੇ ਘਰਾਂ ਨੂੰ ਵਾਪਸ। ਅਤੇ ਜਨਾਬ ਮੇਰੇ ਵੱਲੋਂ ਸਾਰੇ ਜਿਹੜੇ ਭਰਾਵਾਂ ਨੂੰ, ਬੇਲੀਆਂ ਨੂੰ ਔਰ ਜਿੱਥੇ ਜਿੱਥੇ ਵੀ ਮੇਰੇ ਵੀਰ ਰਹਿੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਮੇਰੀ ਤਰਫੋਂ ਜਨਾਬ ਈਦ ਮੁਬਾਰਕ ਹੋਵੇ, ਈਦ ਮੁਬਾਰਕ ਹੋਵੇ ਜਨਾਬ, ਈਦ ਮੁਬਾਰਕ ਹੋਵੇ। ਲਓ ਜੀ ਫਿਰ ਬੁਖਾਨ ਹੈ ਤੁਹਾਨੂੰ ਜ਼ਰਾ ਮਾਸ਼ਾਅੱਲਾ, ਤੁਸੀਂ ਕਰੀਬ ਤੋਂ ਘੋੜੀ ਤੁਸੀਂ ਦੇਖੋ ਔਰ ਇਹਦੇ ਕੰਨ ਸ਼ਨ ਮਾਸ਼ਾਅੱਲਾ ਵੇਖੋ ਖੂਬਸੂਰਤ, ਅੱਗੋਂ ਤੁਹਾਨੂੰ ਬੁਖਾਨਾ ਮੈਂ। ਇਹ ਦੇਖੋ ਮਾਸ਼ਾਅੱਲਾ ਕੰਨ ਸ਼ਨ ਤੁਸੀਂ ਵੇਖੋ, ਪਿਓਰ ਦੇਸੀ ਘੋੜੀ ਹੈ ਔਰ ਖੂਬਸੂਰਤ ਘੋੜੀ ਹੈ, ਰੱਖਣ ਵਾਲੀ ਘੋੜੀ ਹੈ ਔਰ ਬਰੀਡਿੰਗ ਵਾਸਤੇ ਤਾਂ ਜ਼ਿਆਦਾ ਜਿਹੜੀ ਹੈ ਨਾ ਮਾਸ਼ਾਅੱਲਾ ਬਹੁਤ ਮੌਜੂਦ ਹੈ। ਇਸ ਟਾਈਮ ਵੀ ਇਹ ਘੋੜੀ ਸੂਣ ਵਾਲੀ ਹੈ ਅਤੇ ਇਹ ਵੀ ਮਾਸ਼ਾਅੱਲਾ ਖੂਬਸੂਰਤ ਚੀਜ਼ਾਂ ਨੇ ਜਨਾਬ। ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ ਜਨਾਬ। ਕੋਈ ਬੰਦਾ ਉਹ ਇੱਕ ਦੇਖਿਆ ਜਾਊਗਾ ਤੁਸੀਂ ਚੈਨਲ ਦੇ ਵਿੱਚ, ਅਕਸਰ ਇੱਕ ਖਾਨ ਬਾਈ ਨੇ ਉਹ ਮੈਨੂੰ ਕਹਿੰਦੇ ਨੇ ਯਾਰ ਸਾਨੂੰ ਤਾਂ ਪਤਾ ਹੀ ਕੁਛ ਨਹੀਂ ਲੱਗਦਾ ਤੁਸੀਂ ਉਰਦੂ ਬੋਲਿਆ ਕਰੋ, ਅਤੇ ਮੈਂ ਕਿਹਾ ਚਲੋ ਜੀ ਵੀਡੀਓ ਦੇ ਵਿੱਚ ਅੱਧੀ ਉਰਦੂ ਬੋਲ ਲਿਆ ਕਰਾਂਗਾ ਤੁਹਾਡੇ ਵਾਸਤੇ ਅਤੇ ਤੁਸੀਂ ਅੱਧੀ ਵੀਡੀਓ ਵੇਖ ਲਿਆ ਕਰਿਆ ਜੇ, ਅਤੇ ਜਿਹੜੀ ਅੱਧੀ ਹੈ ਨਾ ਵੀਡੀਓ ਉਹ ਪੰਜਾਬੀਆਂ ਵਾਸਤੇ ਛੱਡ ਦਿਆ ਕਰਿਆ ਜੇ, ਅਤੇ ਜ਼ਰਾ ਉਹ ਤੱਕ ਲਿਆ ਕਰਨਗੇ ਜਨਾਬ। ਅਤੇ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਅਤੇ ਖੁਸ਼ ਔਰ ਆਬਾਦ ਰੱਖੇ ਜਨਾਬ। ਬਸ ਜਿੱਥੇ ਰਹੋ ਪਿਆਰ ਵੰਡੋ ਔਰ ਇਹ ਆਪਾਂ ਜਿਹੜਾ ਹੈਗਾ ਨਾ ਤੁਸੀਂ ਇਹ ਸਮਝੋ
कि इस दुनिया दे विच सारी उम्र आप पैसा कमाने हैं, सारी उम्र की मकान बना लीए, ओ कर लीए, ओ कर लीए, किन्ना करने हैं, मगर हर किसी नूं पता है जनाब कि आप इसो दुनिया छड़ के जाना है, आप इत्थे रहना नहीं। वो जिहड़ा मकान एड्डी मुश्किलां नाल, एड्डिया मुसीबतों नाल, फराडियां नाल या नेक नाल या जिवें भी उहने बनाया, वह बनाया वो बना के जनाब वो छड़ के जाना है। हुण जे छड़ के जाना है तो जिथे जाना है उत्थे रहना, तो रहना सदा रहना उत्थे, वो भावें दोज़ख होवे भावें जन्नत होवे रहना है। तो जनाब जिथे रहना अगर नेक काम करांगे जनाब तो उत्थे आपां इंशाअल्लाह तआला अच्छा ठिकाणा भी मिलेगा, हर चीज़ उत्थे मिलेगी। तो फिर आप जिथे रहना बेलियो तो सजनो तो भरावो जिथे आप रहना तो फिर असी उत्थे क्यों नहीं आपदा बना दे, उत्थे बनाना चाहिए, उत्थे बनाइए अपना ठिकाणा, उत्थे अपना ठिकाणा बनाइए ताकि जिहड़ा हैगा वो इंशाअल्लाह तआला उत्थे रहिए। मेहनत करो, इत्थे भी बनाओ तो अपना जगह ठिकाणा है ना उत्थे भी बनाओ, इंशाअल्लाह तआला जिहड़ा है वो इंशाअल्लाह तआला अगे भी आपदी नेकियां जिहड़ा सिलसिला है, नेकियां वाला सिलसिला जिहड़ा है वो भी जोड़दे रहो, जे इत्थे भी जोड़दे जे तो उत्थे भी जोड़दे रहो जनाब, तो मदद करते रहो जनाब, गरीब की मदद करते रहो, गरीब की मदद तुहाडे कोल कोई जान वाला है गरीब है ज़रूरतमंद है तो जनाब अल्लाह की रज़ा की खातर उनकी जिहड़ी है ना वो तुसी मदद करो, तो इंशाअल्लाह अल्लाह भी राजी, अल्लाह सोना भी राजी, उनका जनाब रसूल भी राजी। तो जनाब वीडियो अच्छी लगी हो तो लाइक एंड शेयर जरूर कीजिएगा, इजाज़त चाहना जी, नई इंशाअल्लाह वीडियो दे विच तुहाडे नाल मुलाकात होगी, तो दोवां च याद रख्या जे अल्लाह पाक तुहाडा और मेरा और सारे वीरां दा हामी और नासर है जनाब, अल्लाह पाक तुहाडे बच्चों सलामत रखे और खुशियां नाल नवाजे। ईद मुबारक जनाब बाबे दी तरफों, बाबे दी तरफों ईद मुबारक, ईद मुबारक, ईद मुबारक, ईद मुबारक।